ਜਦੋਂ ਅਮਰ ਸਿੰਘ ਚਮਕੀਲਾ ਤੇ ਪੰਜਾਬ ਪੁਲਿਸ ਦਾ ਐਸਪੀ ਆਮੋ ਸਾਹਮਣੇ ਹੋਏ ਤੇ ਜਦੋਂ ਚਮਕੀਲੇ ਨੂੰ ਫ੍ਰੀ ਵਿੱਚ ਖੜਾ ਲਗਾਉਣਾ ਪਿਆ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੈਂ ਅਵਤਾਰ ਸਿੰਘ ਔਲਖ, ਤੁਸੀਂ ਦੇਖ ਰਹੇ ਹੋ ਤਖਤ ਲਾਹੌਰ। ਅਸੀਂ ਤੁਹਾਡੇ ਨਾਲ ਪੰਜਾਬ ਦੇ ਕਲਾਕਾਰਾਂ ਗਾਇਕਾਂ ਦੇ ਕਿੱਸੇ ਗੱਲਾਂ ਬਾਤਾਂ ਸਾਂਝੀਆਂ ਕਰਦੇ ਰਹਿੰਦੇ ਹਾਂ। ਇਸੇ ਲੜੀ ਤਹਿਤ ਅੱਜ ਆਪਾਂ ਲੈ ਕੇ ਹਾਜ਼ਰ ਹਾਂ ਅਮਰ ਸਿੰਘ ਚਮਕੀਲੇ ਦਾ ਕਿੱਸਾ। ਉਮੀਦ ਕਰਦਾ ਇਹ ਗੱਲ ਤੁਸੀਂ ਪਹਿਲੋਂ ਨਹੀਂ ਸੁਣੀ ਹੋਵੇਗੀ ਅਤੇ ਉਮੀਦ ਕਰਦਾ ਤੁਸੀਂ ਇਸ ਨੂੰ ਪਸੰਦ ਕਰੋਗੇ। ਅੱਤ ਦੀ ਗਰਮੀ ਵਿੱਚ ਲੁਧਿਆਣੇ ਬੱਸ ਅੱਡੇ ਦੇ ਸਾਹਮਣੇ ਬਣੇ ਪੰਜਾਬੀ ਗਾਇਕਾਂ ਦੇ ਦਫ਼ਤਰ ਅੱਗੇ ਦੀ ਇੱਕ ਰਿਕਸ਼ਾ ਜਾ ਰਿਹਾ ਸੀ। ਰਿਕਸ਼ਾ ਚਾਲਕ ਬਿਹਾਰੀ ਸੀ। ਰਿਕਸ਼ੇ ਵਿੱਚ ਦੋ ਸਵਾਰੀਆਂ ਬੈਠੀਆਂ ਸਨ। ਇੱਕ 25-26 ਸਾਲ ਦਾ ਟੌਹਰੀ ਜਾਂ ਟੇਢੀ ਪੱਗ ਬੰਨੀ ਪੇਚਾਂ ਵਾਲੀ ਪੱਗ ਵਾਲਾ ਮੁੰਡਾ, ਦੂਜਾ ਅਧਖੜ ਜਿਹੀ ਉਮਰ ਦੀ ਦਾੜੀ ਵਾਲਾ ਸਫਾਰੀ ਸੂਟ ਪਹਿਨੀ ਬੈਠਾ ਇੱਕ ਵਿਅਕਤੀ। ਪਸੀਨੋ ਪਸੀਨੀ ਹੋਏ ਬਿਹਾਰੀ ਰਿਕਸ਼ੇ ਵਾਲੇ ਦੇ ਮੱਥੇ 'ਤੇ ਆਇਆ ਪਸੀਨਾ ਪੁੰਝ ਲਈ ਜਿਉਂ ਹੀ ਪੈਂਡਲ ਮਾਰਨੇ ਬੰਦ ਕੀਤੇ ਤਾਂ ਰਿਕਸ਼ੇ ਵਿੱਚ ਬੈਠੀਆਂ ਦੋਨੇ ਸਵਾਰੀਆਂ ਵਿੱਚੋਂ ਅਧਖੜ ਵਿਅਕਤੀ ਨੇ ਜਾਂਦੇ ਇੱਕ ਲੜਕੀ ਨੂੰ ਪੁੱਛਿਆ, ਉਹ ਕਾਕਾ ਗਾਇਕ ਅਮਰ ਸਿੰਘ ਚਮਕੀਲੇ ਦਾ ਦਫ਼ਤਰ ਕਿੱਥੇ ਆ? ਅੱਗੋਂ ਕਹਿੰਦਾ, ਆ ਨਾਲ ਮੁੜ ਜਾਓ, ਸ਼ੌਕਰਾਂ ਵਾਲੀ ਦੁਕਾਨ ਨਾਲ ਚਮਕੀਲੇ ਦਾ ਦਫ਼ਤਰ ਹੀ ਆ। ਦਫ਼ਤਰ ਮੂਹਰੇ ਰਿਕਸ਼ਾ ਰੁਕੇ ਅਤੇ ਦੋਨੇ ਸਵਾਰੀਆਂ ਉਤਰੀਆਂ ਅਤੇ ਅਧਖੜ ਵਿਅਕਤੀ ਪੈਸੇ ਦੇਣ ਲੱਗਾ ਪਿਆ ਅਤੇ ਨੌਜਵਾਨ ਦਫ਼ਤਰ ਵੱਲ ਵੱਧ ਗਿਆ। ਦਫ਼ਤਰ ਵਿੱਚ ਅਜੇ ਕੋਈ ਨਹੀਂ ਸੀ। ਗਾਇਕ ਅਮਰ ਸਿੰਘ ਚਮਕੀਲਾ ਢੋਲਕ ਮਾਸਟਰ ਕੇਸਰ ਸਿੰਘ ਟਿੱਕੀ ਸੀ। ਟਿੱਕੀ ਨੇ ਗਾਹਕ ਆਏ ਦੇਖ ਕੇ ਉਹਨਾਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਅਤੇ ਚਾਹ ਪਾਣੀ ਪੁੱਛਿਆ। ਅਧਖੜ ਵਿਅਕਤੀ ਦਾੜੀ 'ਤੇ ਹੱਥ ਫੇਰ ਕੇ ਬੋਲਿਆ, ਮੇਰਾ ਨਾਂ ਜਰਨੈਲ ਸਿੰਘ ਆ, ਮੈਂ ਪੰਜਾਬ ਪੁਲਿਸ ਦਾ ਰਿਟਾਇਰ SP ਹਾਂ। ਆਹ ਮੇਰਾ ਲੜਕਾ, ਇਹ ਖਿੰਡ ਕਰੀ ਜਾਂਦਾ ਕਿ ਆਪਣੇ ਵਿਆਹ 'ਤੇ ਇੰਨੇ ਚਮਕੀਲੇ ਦਾ ਖਾੜਾ ਜ਼ਰੂਰ ਲਵਾਉਣਾ ਹੈ। ਕੇਸਰ ਟਿੱਕੀ ਮੁਸਕਰਾਇਆ ਸੀ, ਹਾਂਜੀ ਸਰਦਾਰ ਜੀ, ਤੁਹਾਡੀ ਸੇਵਾ ਕਰ ਲਈ ਅਸੀਂ ਬੈਠੇ ਹਾਂ। ਕਿਹੜੀ ਤਰੀਕ ਹੈ? ਅਗਲੇ ਮਹੀਨੇ ਦੀ 24, ਨੌਜਵਾਨ ਨੇ ਹੁੱਬ ਕੇ ਦੱਸਿਆ। ਕੇਸਰ ਟਿੱਕੀ ਨੇ ਮੇਜ਼ 'ਤੇ ਡਰਾਵ ਵਿੱਚ ਪਈ ਡੈਰੀ ਕੱਢੀ, ਦੇਖੀ, ਕੋਈ ਸੋਚ ਕੇ ਬੋਲਿਆ, ਸਰਦਾਰ ਜੀ ਹੁਣ 24 ਤਰੀਕ ਤਾਂ ਬੁੱਕ ਆ ਜੀ, ਅਤੇ ਆ ਲਓ ਡੈਰੀ, ਆਪੇ ਦੇਖ ਲਓ। ਦੋਵਾਂ ਪਿਓ ਪੁੱਤਾਂ ਦੇ ਚਿਹਰੇ ਇੱਕਦਮ ਮੁਰਝਾ ਗਏ। ਜਰਨੈਲ ਸਿੰਘ ਠੰਮੇ ਨਾਲ ਕਹਿਣ ਲੱਗਾ, ਅਸੀਂ ਬਹੁਤ ਦੂਰੋਂ ਚੱਲ ਕੇ ਆਏ ਹਾਂ, ਪਾਤੜਾਂ ਕੋਲ ਮੇਰਾ ਪਿੰਡ ਹੈ, ਸੁਣਿਆ ਚਮਕੀਲਾ ਇੱਕ ਦਿਨ 'ਚ 3-3, 4-4 ਖੜੇ ਲਗਾ ਦਿੰਦਾ, ਕਰੋ ਸਾਂ ਕੁਛ। ਅੱਗੋਂ ਕੇਸਰ ਕਹਿੰਦਾ, ਅਖਾੜੇ ਤਾਂ 24 ਨੂੰ 3 ਹੀ ਲੱਗ ਰਹੇ ਨੇ ਜੀ, ਪਰ ਅਸੀਂ ਦੂਜੇ ਅਖਾੜੇ ਲਾ ਕੇ ਤੁਹਾਡੇ ਪਿੰਡ ਪਹੁੰਚ ਨਹੀਂ ਸਕਦੇ, ਸਾਡੇ ਕੋਲ ਕਿਹੜਾ ਹਵਾਈ ਜਹਾਜ਼ ਹੈ, ਜੇ ਤੁਹਾਡੇ ਲਾਵਾਂਗੇ ਤਾਂ ਦੂਜੇ ਖੁੰਝਦੇ ਨੇ। ਟਿੱਕੀ ਨੇ ਆਪਣੀ ਮਜਬੂਰੀ ਪ੍ਰਗਟਾਈ। ਕੋਈ ਸਮੇਂ ਲਈ ਦਫ਼ਤਰ ਵਿੱਚ ਚੁੱਪ ਸਰੀ ਰਹੀ। ਫਿਰ ਨੌਜਵਾਨ ਲੜਕਾ ਬੋਲਿਆ, ਬਈ ਐਂ ਕਰ ਯਾਰ, ਸਾਨੂੰ ਕਿਰਾਂ ਚਮਕੀਲੇ ਨਾਲ ਮਿਲਾ ਦੇ, ਫਿਰ ਮੈਂ ਜਾਣਾ ਅਤੇ ਮੇਰਾ ਕੰਮ ਜਾਣੇ। ਉਹਨੇ ਅਜੇ ਗੱਲ ਪੂਰੀ ਹੀ ਨਹੀਂ ਕੀਤੀ ਸੀ ਕਿ ਦਫ਼ਤਰ ਦੇ ਦਰਵਾਜ਼ੇ ਦਾ ਬੂਹਾ ਖੁੜਕਿਆ। ਅਮਿਤਾਭ ਬੱਚਨ ਵਰਗੀ ਹੇਅਰ ਸਟਾਈਲ ਵਾਲਾ ਇੱਕ ਲੰਮਾ ਲੰਝਾ 5'9" ਦਾ ਕਣਕ ਵੰਨੇ ਰੰਗ ਅਤੇ ਖੋਜੀ ਜਿਹੀ ਦਾੜੀ ਵਾਲਾ ਨੌਜਵਾਨ ਟੱਬੀਆਂ ਵਾਲੀ ਬਿਸਕੁਟ ਕਮੀਜ਼ ਅਤੇ ਭੂਰੀ ਪੈਂਟ ਪਾਈ ਅੰਦਰ ਦਾਖਲ ਹੋਇਆ ਸੀ। ਉਹਨੇ ਬਾਹਰੋਂ ਖੜ੍ਹੇ ਨੇ ਕੁਝ ਕੁ ਗੱਲਾਂ ਸੁਣ ਲਈਆਂ। ਅੰਦਰ ਆਉਂਦਿਆਂ ਹੀ ਨੌਜਵਾਨ ਨੇ ਸਤਿ ਸ਼੍ਰੀ ਅਕਾਲ ਬੁਲਾਈ, ਦੋਵਾਂ ਪਿਓ ਪੁੱਤਾਂ ਨਾਲ ਹੱਥ ਮਿਲਾਏ ਅਤੇ ਕਿਹਾ, ਦਾਸ ਹੀ ਅਮਰ ਸਿੰਘ ਚਮਕੀਲਾ ਹੈ। ਚਮਕੀਲੇ ਨੂੰ ਦੇਖਦਿਆਂ ਦੋਨਾਂ ਚਿਹਰੇ ਖਿੜ ਗਏ। ਕੇਸਰ ਟਿੱਕੀ ਨੇ ਸੰਖੇਪ ਵਿੱਚ ਚਮਕੀਲੇ ਨੂੰ ਸਾਰੀ ਕਹਾਣੀ ਸੁਣਾਈ ਤਾਂ ਚਮਕੀਲਾ ਸੋਚਾਂ 'ਚ ਪੈ ਗਿਆ। ਚਮਕੀਲੇ ਨੂੰ ਕੁਰਸੀ ਛੱਡ ਕੇ ਟਿੱਕੀ ਖੜ੍ਹਾ ਹੋ ਗਿਆ। ਚਮਕੀਲੇ ਨੇ ਟਿੱਕੀ ਨੂੰ ਹੁਕਮ ਦਿੱਤਾ, ਜਾ ਟਿੱਕੀ ਭੱਜ ਕੇ ਚਾਹ ਲੈ ਗਿਆ। ਨਾ ਬਾਈ ਜੀ, ਚਾਹ ਦੀ ਲੋੜ ਨਹੀਂ, ਬਸ ਤੁਸੀਂ ਮੇਰੇ ਵਿਆਹ 'ਤੇ ਖਾੜਾ ਲਾਉਣਾ ਹੀ ਮੰਨ ਜਾਓ, ਨੌਜਵਾਨ ਨੇ ਮੇਜ਼ 'ਤੇ ਪਿਆ ਚਮਕੀਲੇ ਦਾ ਉੱਠ ਕੇ ਹੱਥ ਘੁੱਟ ਲਿਆ। ਚਮਕੀਲੇ ਨੇ ਆਪਣੇ ਹੱਥ ਉੱਪਰ ਪਏ ਉੱਤੇ ਹੱਥ ਦਾ ਦੂਜਾ ਹੱਥ ਰੱਖਿਆ ਅਤੇ ਬੁੱਲਾਂ ਮੁਸਕਰਾਉਂਦੇ ਹੋਏ ਬੋਲਿਆ, ਯਾਰ ਮੈਂ ਪ੍ਰੋਗਰਾਮ ਕਰ ਸਕਦਾ ਹੁੰਦਾ ਤਾਂ ਜ਼ਰੂਰ ਕਰਦਾ, ਪਰ ਮੈਂ ਮਜਬੂਰ ਹਾਂ, ਕਿਸੇ ਹੋਰ ਕਲਾਕਾਰ ਨੂੰ ਭੇਜ ਦਿੰਦੇ ਹਾਂ। ਨਹੀਂ, ਹੋਰ ਨੂੰ ਨਹੀਂ ਕਿਸੇ ਨੂੰ ਉੱਥੇ ਸੁਣਨਾ, ਬਸ ਸਿਰਫ ਤੁਹਾਨੂੰ ਹੀ ਮਿਲ ਲੈਣਾ ਹੈ। ਮੈਂ ਚਾਹੁੰਦਾ ਕਿਹੜਾ ਪਤਾ ਲੱਗ ਜਾਵੇ ਵੀ ਕਿਸੇ ਦਾ ਵਿਆਹ ਹੋ ਰਿਹਾ। ਤੁਸੀਂ ਪ੍ਰੋਗਰਾਮ ਦੇ ਪੈਸੇ ਦੱਸੋ ਕਿੰਨੇ ਲੈਂਦੇ ਹੋ? ਚਮਕੀਲੇ ਨੇ ਧੀਮੀ ਜਿਹੀ ਆਵਾਜ਼ ਦੱਸਿਆ ਕਿ 3500। ਇਹਨਾਂ ਨੂੰ ਇੱਕ ਛੋਟਾ ਜਿਹਾ ਮੁੰਡਾ 4 ਗਲਾਸਾਂ ਚਾਹ ਲੈ ਕੇ ਆ ਗਿਆ। ਸਾਰੇ ਜਣੇ ਚਾਹ ਪੀਣ ਲੱਗ ਪਏ।
लड़के दे बाप जरनैल सिंह ने चाह की आखिरी घुट भर के गिलास मेज ते रखिया। चमकीलिया आऊं कर तेनू 4000 देवांगे, दूजा 24 तरीक का प्रोग्राम कैंसल करके साडा प्रोग्राम कर दे। ठीक है सरदार जी, असी प्रोग्राम कर दें। चमकीले ने दोनों के चेहरे निखर के निहारते देखा, उन्हां उपर खुशी की लहर दौड़ रही। जरनैल सिंह अपनी जेब च पैसे कढ़न लगा तो चमकीला बोल पिया, सरदार जी प्रोग्राम तो थोड़ा बुक कर लें, पर जे कल सानू कोई 4500 देगा तो असी प्रोग्राम उन्होंने करन चले जावांगे। जरनैल सिंह उठ के खड़ा हो गया, लै तुसीं साडा प्रोग्राम बुक करके आए किवें कर सकते हो, ये तो गलत गल ना यार, किसी होर का बुक करन बाद कैंसल करके ताडे आईए की वह गल गलत नहीं, तुसीं करो तो सही चमकीला करे तो गलत, कह के चमकीला मुस्कुरा पिया। जरनैल सिंह नमोंचना जिहा होकर बैठ गया, उसनू अपनी गलती का एहसास हो गया सी। चमकीला अपनी डायरी फरोलदा होया बोलिया, आऊं करो बाई बन के तुसीं किसी होर दिन का विआह रख लवो, मैं फ्रीज प्रोग्राम ला जूँ, भावें एक पैसा ना दिओ। जरनैल सिंह ने बेवसी प्रगट की, विआह की तरीक तो हुण फिक्स हो गई आ, कैंसल नहीं हो सकती। वो पापा जे चमकीला नहीं मानता तू ही मन जा, क्यों मेरा विआह खराब कर दियो, मुंडे ने अपने बाप के पैर फड़ लए। जरनैल सिंह ने अपने मुंडे हथों पैर छड़वाए तो चमकीले को मेज ते हाथ रख के झुक गया। अच्छा चमकीला भाई दस कि तरीक वेली है, चमकीले ने डायरी ती निगाह मारदिया दसिया, उदों अगले दिन 25 नूं वेले आ, फिर सारा महीना वेलनी है बाई जी। ठीक आ बुक कर दे फिर। जरनैल सिंह ने नोटा की गड्डी कढ़ी ते मेज उत्ते रख दी। चमकीले ने कमीज की जेब चो पेन कढ़ के उन्हां दा नाम ते एड्रैस पुछ के डायरी विच लिख लिया, लो जी करती बुक। जरनैल सिंह हत्थां नूं थुक ला के नोट गिणदा होया बोलिया, चल जय जय जी दस पैसे किन्ने दिए। चमकीला मेज के दूजे पासे पई कुर्सी नूं छड्ड के खड़ा हो गया, मालको ये किहड़ियां गल्लां करदे हो, हुणे तुहानूं चमकीले ने जबान दित्ती सी कि विआह दी तरीक बदलो, फिर मैं फ्री प्रोग्राम करूँगा, फिर मैं कैं मुकर सकदा, मर्दी जबान ते रकान दे हासे दे ही मुल हुंदा है, सच्ची मन लवां आवेंगा, देखी कितें उही गल ना होवे, असीं उड़ीकी जाइए तू आवे ना, एदू पैसे लै लै सानू तसली रहू, मुंडा बोलिया, मित्रा जे ना पहुंचया तो गाउणा छड्ड दूं, बेफिक्र होके घर नूं जा, 25 तरीक नूं चमकीला अपनी पार्टी नाल अखाड़ा लाउण पहुंच जू, ठीक है ना गल, ठीक है गल तां, पर चमकीले वह गाना जरूर गाई, जद पहली लाम पड़ी भुब निकल गई मेरी, साली दारू पी के पूरा भंगड़ा पावांगे कलाते। अगो चमकीला बोलिया, सिवरंजनी राग की बंदिश मैं तो गा दूंगा, पर तेरी भुब निकल जू, सिख मुंडा हस के कहिंदा, लै मैं तो मशूक नूं चेते करके उच्ची उच्ची लेरां मार दूं। चमकीला खिड़कड़ा के हस पिया, दोने प्यो पुत चमकीले नूं जफ्फी पा के दफ्तरों निकल गए। तो यह सी अमर सिंह चमकीले का किस्सा, जदों उसने पंजाब पुलिस के रिटायर SP के मुंडे के विआह ते फ्री खाड़ा लाया। तुहानूं ये अज का किस्सा किवें दा लगा सानूं जरूर दसना, जे तुसीं इस चैनल नूं सबसक्राइब नहीं किया आ तां चैनल नूं सबसक्राइब जरूर करो, तां जो अगे भी तुसीं इस तरह दीआं वीडियो वेख सको। आप जी का बहुत बहुत धन्यवाद।